ਹਰਭਜਨ ਸਿੰਘ ਜੀ ਦਾ ਨੰਬਰ ਹੈ। ਹਾਂ ਜੀ ਹਰਭਜਨ ਜੀ ਸੁਣਾਓ ਤੁਸੀਂ ਆਪਣੀ ਚਲੋ ਰਚਨਾ। ਜੀ, ਓਮ ਬਾਪੂ ਨੰਦਾ ਚੋਰ ਵਾਲਿਆ ਆਪਕੀ ਸਦਾ ਇਜ, ਗੁਰੂ ਪਿਆਰੀ ਸਾਧ ਸੰਗਤ ਜੀ ਹੈ ਰਚਨਾ ਉਹ ਮਹਾਨ ਸੰਤ ਸਵਾਮੀ ਸਦਾ ਰਾਮ ਜੀ, ਉਹ ਸੰਗਤਾਂ ਦੇ ਜਿਹੜੇ ਰੋਮ ਰੋਮ ਵਿੱਚ ਵਸੇ ਨੇ ਉਹਨਾਂ ਦੀ ਕਥਾਵਾਂ, ਉਹਨਾਂ ਦਾ ਆਸ਼ੀਰਵਾਦ, ਉਹਨਾਂ ਦਾ ਕੀਤੇ ਹੋਏ ਕੰਮ ਤੇ ਉਹਨਾਂ ਦੀ ਅਸੀਂ ਸਿਫਤ ਕਰਨ ਦੇ ਲਾਇਕ ਨਹੀਂ ਹੈ, ਫਿਰ ਵੀ ਅਰਜ਼ ਕਰ ਰਹੇ ਹਾਂ, ਹਾਜ਼ਰੀ ਲਾ ਰਿਹਾ ਮੈਂ ਬੀਬੀ ਹਰਮਿਤ ਕੌਰ ਦੀ ਤਰਫੋਂ, ਅਰਜ਼ ਕਰ ਰਿਹਾ ਸਾਧ ਸੰਗਤ ਜੀ। ਸਿਫਤ ਕੀ ਕਰਾਂ ਮੈਂ ਲੋਕੋ, ਸਵਾਮੀ ਸ਼ਰਧਾ ਰਾਮ ਦੀ ਨੂਰ ਸੀ ਚਿਹਰੇ ਦੇ ਉੱਤੇ, ਸ਼ਹਿਨ ਸ਼ਾਹ ਜਹਾਨ ਦੀ। ਵਾਹ ਸਿਫਤ ਕੀ ਕਰਾਂ ਮੈਂ ਲੋਕੋ, ਸਵਾਮੀ ਸ਼ਰਧਾ ਰਾਮ ਦੀ ਨੂਰ ਸੀ ਤੇਰੇ ਦੇ ਉੱਤੇ, ਸ਼ਹਿਨ ਸ਼ਾਹ ਜਹਾਨ ਦੀ ਨੂਰ ਸੀ ਤੇਰੇ ਦੇ ਉੱਤੇ, ਸ਼ਹਿਨ ਸ਼ਾਹ ਜਹਾਨ ਦੀ। ਮਾਤਾ ਈਸ਼ਵਰਾ ਈਸ਼ਵਰ ਕੌਰ ਦੇਵੀ, ਪਿਤਾ ਗੋਬਿੰਦ ਦਾਸ ਸੀ, ਜਲੰਧਰ ਜ਼ਿਲ੍ਹਾ ਪਿੰਡ ਅੱਟੀ ਹੋਇਆ ਪਰ ਕਾਸ ਸੀ, ਕਿ ਵਾਹ ਬਾਲਪਨ ਤੋਂ ਹੀ ਸੀ ਲੱਗੀ, ਕਿ ਬਾਲਪਨ ਤੋਂ ਹੀ ਸੀ ਲੱਗੀ ਲੋ ਪ੍ਰਭੂ ਦੇ ਨਾਮ ਦੀ। ਸਿਫਤ ਕੀ ਕਰਾਂ ਮੈਂ ਲੋਕੋ, ਸਵਾਮੀ ਸ਼ਰਧਾ ਰਾਮ ਦੀ। ਸਿਫਤ ਕੀ ਕਰਾਂ ਮੈਂ ਲੋਕੋ, ਹਰ ਵੇਲੇ ਲੈਂਦੇ ਰਹਿੰਦੇ ਉਹ ਹਰ ਦਾ ਨਾਮ ਸੀ, ਗੁਰੂ ਨਾ ਦੇ ਹੋਏ ਮਹਾਬਲੀ ਹਰ ਨਾਮ ਜੀ, ਵਾਹ ਹਰ ਵੇਲੇ ਲੈਂਦੇ ਰਹਿੰਦੇ ਉਹ ਹਰ ਦਾ ਨਾਮ ਸੀ, ਗੁਰੂ ਨਾ ਦੇ ਹੋਏ ਮਹਾਬਲੀ ਹਰ ਨਾਮ ਜੀ। ਕਿ ਪੂਰੀ ਹੁੰਦੀ ਗੱਲ ਸਾਰੀ, ਕਿ ਪੂਰੀ ਹੁੰਦੀ ਗੱਲ ਸਾਰੀ ਕੱਢੀ ਹੋਈ ਜ਼ੁਬਾਨ ਦੀ। ਸਿਫਤ ਕੀ ਕਰਾਂ ਮੈਂ ਲੋਕੋ, ਸਵਾਮੀ ਸ਼ਰਧਾ ਰਾਮ ਦੀ। ਸਿਫਤ ਕੀ ਕਰਾਂ ਮੈਂ ਲੋਕੋ। ਸਾਧ ਸੰਗਤ ਜੀ ਉਹਨਾਂ ਨੇ ਕਿਰਤ ਕਰਕੇ ਕਮਾਇਆ, ਅਸ ਕਰ ਰਹੇ ਹਾਂ। ਹੱਥੀ ਆਪਣੀ ਪੀਸ ਕੇ ਉਹ ਸੁਰਮਾ ਬਣਾਉਂਦੇ ਸੀ, ਆਪਣੀ ਕਿਰਤ ਕਰਕੇ ਉਹ ਆਪਣਾ ਹੀ ਖਾਂਦੇ ਸੀ। ਹੱਥੀ ਆਪਣੀ ਪੀਸ ਕੇ ਉਹ ਸੁਰਮਾ ਬਣਾਉਂਦੇ ਸੀ, ਆਪਣੀ ਕਿਰਤ ਕਰਕੇ ਉਹ ਆਪਣਾ ਹੀ ਖਾਂਦੇ ਸੀ। ਨੰਦਾ ਚੋਰੀ ਉਹਨਾਂ ਦਾ, ਕਿ ਨੰਦਾ ਚੋਰੀ ਉਹਨਾਂ ਦਾ ਤਪ ਅਸਥਾਨ ਸੀ, ਨੂਰ ਸੀ ਚਿਹਰੇ ਦੇ ਉੱਤੇ, ਸ਼ਹਿਨ ਸ਼ਾਹ ਜਹਾਨ ਦੀ ਨੂਰ ਸੀ ਚਿਹਰੇ ਦੇ ਉੱਤੇ। ਭੋਰੇ ਵਿੱਚ ਬੈਠ ਕੇ ਉਹ ਸਮਾਧੀ ਲਗਾਉਂਦੇ ਸਨ, ਵੇਖ ਕੇ ਉਹਨਾਂ ਨੂੰ ਵਿਗੜੇ
ਬਣ ਜਾਂਦੇ ਸਨ। ਹੱਥੀ ਆਪਣੀ ਪੀਸ ਕੇ ਉਹ ਸੁਰਮਾ ਬਣਾਉਂਦੇ ਸਨ, ਆਪਣੀ ਕਿ ਵੇਖ ਕੇ ਉਹਨਾਂ ਨੂੰ ਵਿਗੜੇ ਕੰਮ ਬਣ ਜਾਂਦੇ ਸਨ। ਕਿ ਪ੍ਰਭੂ ਦਾ ਨਾਮ ਹੀ, ਕਿ ਹਰੀ ਦਾ ਨਾਮ ਹੀ ਉਹਨਾਂ ਦੀ ਜਿੰਦ ਜਾਨ ਸੀ। ਸਿਫਤ ਕੀ ਕਰਾਂ ਮੈਂ ਲੋਕੋ ਸਵਾਮੀ ਸਰਦਾ ਰਾਮ ਦੀ, ਸਿਫਤ ਕੀ ਕਰਾਂ ਮੈਂ। ਮੁਖੜਾ ਨੂਰਾਨੀ ਅਤੇ ਰੂਪ ਵੀ ਵਿਰਾਟ ਸੀ, 101 ਉਹਨਾਂ ਕਲਿਆਂ ਕਿਤੇ ਅਖੰਡ ਪਾਠ ਸੀ। ਮੁਖੜਾ ਨੂਰਾਨੀ ਅਤੇ ਰੂਪ ਵੀ ਵਿਰਾਟ ਸੀ, 101 ਉਹਨਾਂ ਕਲਿਆਂ ਕਿਤੇ ਅਖੰਡ ਪਾਠ ਸੀ। ਕਿ ਧੁਰ ਦਰਗਾਹ ਤੱਕ ਹੁੰਦੀ, ਕਿ ਧੁਰ ਦਰਗਾਹ ਤੱਕ ਹੁੰਦੀ ਉਹਨਾਂ ਦੀ ਉਡਾਨ ਸੀ। ਨੂਰ ਸੀ ਚਿਹਰੇ ਦੇ ਉੱਤੇ ਸ਼ਹਿਨਸ਼ਾਹ ਜਹਾਨ ਦੀ, ਨੂਰ ਸੀ ਚਿਹਰੇ ਦੇ ਉੱਤੇ। ਸਤਸੰਗ ਜੀ, ਮੈਂ ਹਾਜ਼ਰੀ ਬੀਬੀ ਹਰਮੀਤ ਕੌਰ ਜੀ ਤਰਫ ਬੁਲਾ ਰਿਹਾ। ਕਈ ਥਾਂ ਬਣਾਏ ਉਹਨਾਂ ਲੋਕਾਂ ਲਈ ਡੇਰੇ ਨੇ, ਜਿੱਥੇ ਆ ਕੇ ਦੁੱਖਾਂ ਦੇ ਫਿਰ ਹੁੰਦੇ ਨਿਬੇੜੇ ਨੇ। ਕਈ ਥਾਂ ਬਣਾਏ ਉਹਨਾਂ ਲੋਕਾਂ ਲਈ ਡੇਰੇ ਨੇ, ਜਿੱਥੇ ਆ ਕੇ ਦੁੱਖਾਂ ਦੇ ਫਿਰ ਹੁੰਦੇ ਨਿਬੇੜੇ ਨੇ। ਕਿ ਸੁਬੋ ਸ਼ਾਮ ਲੱਗਦੇ ਨੇ, ਕਿ ਸੁਬੋ ਸ਼ਾਮ ਲੱਗਦੇ ਨੇ ਰੋਜ ਦੀਵਾਨ ਜੀ। ਨੂਰ ਸੀ ਚਿਹਰੇ ਦੇ ਉੱਤੇ ਸ਼ਹਿਨਸ਼ਾਹ ਜਹਾਨ ਦੀ। ਕਿ ਨੰਦਾ ਚੋਰ ਵਿੱਚ ਉਹਨਾਂ ਕੀਤੀਆਂ ਕਮਾਈਆਂ ਨੇ, ਅਖੰਡ ਪਾਠਾਂ ਦੀਆਂ ਉੱਥੇ ਲੜੀਆਂ ਚਲਾਈਆਂ ਨੇ। ਨੰਦਾ ਚਿਰ ਵਿੱਚ ਉਹਨਾਂ ਕੀਤੀਆਂ ਕਮਾਈਆਂ ਨੇ, ਅਖੰਡ ਪਾਠਾਂ ਦੀਆਂ ਉੱਥੇ ਲੜੀਆਂ ਚਲਾਈਆਂ ਨੇ। ਕਰਦੇ ਗੁਰਬਾਣੀ ਦਾ ਉਹ ਬੜਾ ਸਨਮਾਨ ਸੀ। ਨੂਰ ਸੀ ਚਿਹਰੇ ਦੇ ਉੱਤੇ ਸ਼ਹਿਨਸ਼ਾਹ ਜਹਾਨ ਦੀ, ਨੂਰ ਸੀ ਚਿਹਰੇ ਦੇ ਉੱਤੇ। ਕਿ ਆ ਕੇ ਉਹਨਾਂ ਟੱਕਾ ਸਾਹਿਬ ਝੰਡਾ ਚੁਲਾਇਆ ਸੀ, ਮੰਦਰ ਟਕਾ ਦਾ ਉਹਨਾਂ ਬੂਟਾ ਖੁਦ ਲਾਇਆ ਸੀ। ਆ ਕੇ ਉਹਨਾਂ ਟੱਕਾ ਸਾਹਿਬ ਝੰਡਾ ਚੁਲਾਇਆ ਸੀ, ਮੰਦਰ ਟਕਾ ਦਾ ਉਹਨਾਂ ਬੂਟਾ ਖੁਦ ਲਾਇਆ ਸੀ। ਵੇਖੋ ਹੁਣ ਮੰਦਿਰ ਬਣਿਆ, ਵੇਖੋ ਹੁਣ ਮੰਦਿਰ ਬਣਿਆ ਕਿੰਨਾ ਆਲੀਸ਼ਾਨ ਜੀ। ਨੂਰ ਸੀ ਚਿਹਰੇ ਦੇ ਉੱਤੇ ਸ਼ਹਿਨਸ਼ਾਹ ਜਹਾਨ ਦੀ। ਜਦੋਂ ਬਾਪੂ ਜੀ ਨੇ ਝੰਡਾ ਲਾਇਆ ਤੇ ਅਵਾਰਡ ਵੀ ਦਿੱਤਾ ਕਿ ਹੱਥ ਜੋੜ ਝੰਡੇ ਥੱਲੇ ਜੋ ਆ ਕੇ ਖਲੋਣਗੇ, ਕੰਮ ਉਹਨਾਂ ਦੇ ਸੋਚੇ ਹੋਏ ਪੂਰੇ ਹੋਣਗੇ। ਵਾਹ ਹੱਥ ਜੋੜ ਝੰਡੇ ਥੱਲੇ
ਜੋ ਆਕੇ ਖਲੋਣਗੇ ਕੰਮ ਉਹਨਾਂ ਦੇ ਸੋਚੇ ਹੋਏ ਪੂਰੇ ਹੋਣਗੇ। ਸੰਗਤਾਂ ਨੂੰ ਦਿੱਤਾ ਹੋਣਾ ਕਿ ਸੰਗਤਾਂ ਨੂੰ ਦਿੱਤਾ ਹੋਣਾ ਵਰਦਾਨ। ਐ ਵਰਦਾਨ ਸੀ, अच्छा ਨੂਰ ਸੀ ਚਿਹਰੇ ਦੇ जी। ਉੱਤੇ, ਚੈਨ ਸਾ ਜਹਾਨ ਦੀ, ਨੂਰ ਸੀ ਚਿਹਰੇ ਦੇ ਉੱਤੇ। ਸਾਧ ਸੰਗਤ ਜੀ ਅੱਜ ਦੇਖ ਲਓ ਤੁਸੀਂ, ਹੁਣੇ ਯੱਗ ਸਤੰਬਰ ਦਾ ਮਹਾਨ ਯੱਗ ਤਖਤ ਦਰਬਾਰ ਚ ਹੋਇਆ ਹੈ, ਤੇ ਦੂਰੋਂ ਦੂਰੋਂ ਸੰਗਤਾਂ ਆਈਆਂ ਤੇ ਅਰਦਾਸ ਕਰ ਰਿਹਾ, ਬਾਪੂ ਤੇਰੇ ਦਾਰੀ ਉੱਤੇ ਲੱਗਦੀ ਕਤਾਰਾਂ ਨੇ, ਲੋਕੀ ਜਿੱਥੇ ਆ ਕੇ ਲੈਂਦੇ ਮੋਜ ਬਹਾਰਾਂ ਨੇ, ਬਾਪੂ ਤੇਰੇ ਦਾਰੀ ਉੱਤੇ ਲੱਗਦੀ ਕਤਾਰਾਂ ਨੇ, ਲੋਕੀ ਜਿੱਥੇ ਆ ਕੇ ਲੈਂਦੇ ਮੋਜ ਬਹਾਰਾਂ ਨੇ, ਪੂਰੇ ਤੇਰੇ ਦਾਰੀ ਉੱਤੇ ਕਿ ਪੂਰੇ ਤੇਰੇ ਦਾਰੀ ਉੱਤੇ ਹੁੰਦੇ ਅਰਮਾਨ ਜੀ, ਨੂਰ ਸੀ ਚਿਹਰੇ ਦੇ ਉੱਤੇ, ਚੈਨ ਸਾ ਜਹਾਨ ਦੀ। ਇਹ ਬੜਾ ਦਰਦ ਭਰਿਆ ਦੋ ਲੈਣਾ ਸਾਧ ਸੰਗਤ ਜੀ। 1974 ਵਿੱਚ ਦਿਨ ਆਇਆ 4 ਦਸੰਬਰ ਦਾ, ਜੋਤੀ ਜੋ ਸਮਾਨ ਦਾ ਸੀ ਵੇ ਲਾਈਸ ਪੈਗੰਬਰ ਦਾ। 1974 ਵਿੱਚ ਦਿਨ ਆਇਆ 4 ਦਸੰਬਰ ਦਾ, ਜੋਤੀ ਜੋ ਸਮਾਨ ਦਾ ਸੀ ਵੇ ਲਾਈਸ ਪੈਗੰਬਰ ਦਾ। ਜਦੋਂ ਉਹਨਾਂ ਨੇ ਬਾਪੂ ਨੇ ਕਾਇਆ ਛੱਡੀ ਕਿ ਰੂਹ ਕੰਬ ਗਈ ਉਸ ਦਿਨ, ਕਿ ਰੂਹ ਕੰਬ ਗਈ ਉਸ ਦਿਨ, ਧਰਤੀ ਅਸਮਾਨ ਦੀ, ਨੂਰ ਸੀ ਚਿਹਰੇ ਵਾਹ ਵਾਹ। ਦੇ ਉੱਤੇ, ਚੈਨ ਸਾ ਜਹਾਨ ਦੀ। ਅਸ ਕਹਿੰਦੇ ਬੁੱਧ ਪ੍ਰਕਾਸ਼ ਜੀ ਨੂੰ, ਨਜ਼ਰ ਕਰ ਰਿਹਾ ਆਪ ਜੀ ਨੂੰ, ਕਿ ਉਹਨਾਂ ਦੇ ਵਿਖਾਏ ਰਸਤੇ ਉੱਪਰ ਆਪਾਂ ਚੱਲਣਾ, ਗਵਾਈਏ ਇਸ ਜ਼ਿੰਦਗੀ ਦਾ ਵਿਅਰਥ ਇੱਕ ਪਲ ਨਾ, ਉਹਨਾਂ ਦੇ ਵਿਖਾਏ ਰਸਤੇ ਉੱਪਰ ਆਪਾਂ ਚੱਲਣਾ, ਗਵਾਈਏ ਇਸ ਜ਼ਿੰਦਗੀ ਦਾ ਵਿਅਰਥ ਇੱਕ ਪਲ ਨਾ, ਉਹਨਾਂ ਦੇ ਵਾਕਨ ਸੇਵਾ ਕਿ ਉਹਨਾਂ ਦੇ ਵਾਕਨ ਸੇਵਾ ਕਰੀਏ ਨਿਸਕਾਮ ਜੀ, ਨੂਰ ਸੀ ਚਿਹਰੇ ਦੇ ਉੱਤੇ, ਚੈਨ ਸਾ ਜਹਾਨ ਦੀ। ਆਖਰੀ ਸ਼ੇਰ ਬੀਬੀ ਹਰਮੀ ਕੌਰ ਦੀ ਤਰਫੋਂ ਸਾਰੇ ਸਾਸਨ ਚੰਨਾ ਕੀ, ਕਿ ਚਮਕਣਗੇ ਤਾਰੇ ਜਿੰਨਾ ਚਿਰ ਅਸਮਾਨ ਦੇ, ਲੋਕੀ ਗੁਣ ਗਾਵਣਗੇ ਸਵਾਮੀ ਸ਼ਰਧਾ ਰਾਮ ਦੇ, ਵਾਹ ਚਮਕਣਗੇ ਤਾਰੇ ਬਿਲਕੁਲ। ਜਿੰਨਾ ਚਿਰ ਅਸਮਾਨ ਦੇ, ਲੋਕੀ ਗੁਣ ਗਾਵਣਗੇ ਸਵਾਮੀ ਸ਼ਰਧਾ ਰਾਮ ਦੇ। ਆਓ ਸੇਵਕ ਕਰੀਏ ਪੂਰੇ, ਆਓ ਸੇਵਕ ਕਰੀਏ ਪੂਰੇ ਉਹਨਾਂ ਦੇ ਅਰਮਾਨ ਜੀ, ਨੂਰ ਸੀ ਚਿਹਰੇ ਦੇ ਉੱਤੇ, ਚੈਨ ਸਾ ਜਹਾਨ ਦੀ। ਸਿਫਤ ਕੀ ਕਰਾਂ ਮੈਂ ਲੋਕੋ ਸਵਾਮੀ ਸ਼ਰਧਾ ਰਾਮ ਦੀ, ਨੂਰ ਸੀ ਚਿਹਰੇ ਦੇ ਉੱਤੇ, ਸ਼ਹਿਨਸ਼ਾਹ ਜਹਾਨ ਦੀ, ਨੂਰ
ਸੀ ਤੇਰੇ ਦੇ ਉੱਤੇ ਚੈਨ ਸਾ ਜਹਾਨ। ਸ਼ੁਕਰੀਆ ਸਾਧ ਸੰਗਤ, ਧੰਨਵਾਦ ਜੀ। ਵਾਹ ਵਾਹ ਵਾਹ, ਜੀ ਮੈਂ ਸਿਫਤ ਮਾਲ ਕਰ ਦੇ ਸਿਫਤ ਕੀ ਕਰਾਂ ਮੈਂ ਸ਼ਾਇਰ, ਹਰਭਜਨ ਸਿੰਘ ਮਹਾਨ ਦੀ, ਜਿਨ੍ਹਾਂ ਮੇਰੇ ਸਤਿਗੁਰਾਂ ਦਾ ਗਾਇਆ ਗੁਣ ਕਿਤਾ ਗਾਣ ਦੀ, ਗੁਰਾਂ ਜਿਨ੍ਹਾਂ ਸਵਾਮੀ ਸ਼ਰਧਾ ਰਾਮ ਦਾ ਗਾਇਆ ਗੁਣ ਗਾਣ ਦੀ ਦੀ। ਬਾਪੂ ਸ਼ਰਧਾ ਰਾਮ ਜੀ ਤਾਂ ਕੀ ਸੀ, ਤੁਹਾਡੀ ਵੀ ਕਿਆ ਮਤਲਬ ਕਮਾਲ ਦਾ, ਤੁਹਾਡਾ ਪਿਆਰ ਜਿਹੜਾ ਮੁਹੱਬਤ ਵੀ ਆਸਮਾਨ ਧਰਤੀ ਆਸਮਾਨ ਵੀ ਕੰਬਣ ਲੱਗ ਪਏ ਵੀ ਜਿਸ ਵੇਲੇ ਵੀ ਉਹ ਜੋ ਜਾਣ ਦਾ, ਬਹੁਤ ਪਿਆਰ ਨਾਲ ਤੁਸੀਂ ਦਿਖਿਆ, ਤੁਹਾਨੂੰ ਨਮਸਕਾਰ ਹੈ। ਇੱਕ ਜਗ੍ਹਾ ਦੇ ਉੱਪਰ ਜਿੱਥੇ ਤੁਸੀਂ ਲਿਖਿਆ ਨਾ, ਉਹਨਾਂ ਨੇ ਮਤਲਬ 101 ਅਖੰਡ ਪਾਠ ਤੇ ਸਹਿਜ ਪਾਠ ਕਰਦੇ ਹੋ, ਉੱਥੇ ਅਖੰਡ ਪਾਠ ਮੈਂ ਕਨਫਰਮ ਕੀਤਾ ਹੋਇਆ ਤੇ ਸਹਿਜ ਪਾਠ ਮਤਲਬ, ਕਿਉਂਕਿ ਅਖੰਡ ਪਾਠ ਇੱਥੇ ਤੋਂ 24 ਘੰਟੇ ਜਾਗਣਾ ਪੈਂਦਾ ਹੈ ਨਾ, ਇੱਕ ਜਣਾ ਫਿਰ ਉਹ ਕਰਨਾ ਮੁਸ਼ਕਿਲ ਤੇ ਜੀ, ਪਰ ਬਹੁਤ। ਮੈਂ ਹਾਂ ਅਖੰਡ ਸਰਲਾ ਪਾਠ ਮਾਸੀ ਮਹਾਰਾਜ ਜੀ ਨੂੰ। ਆਸ਼ੀਰਵਾਦ ਦੇ ਰਹੇ, ਸਰਲਾ ਮਾਸੀ ਕੁਝ ਕਹਿ ਰਹੇ ਨੇ, ਮੈਂ ਨਾਮ ਸਾਰਿਆਂ ਦਾ ਆਸ਼ੀਰਵਾਦ ਲੈ ਜੀ ਰਿਹਾ। ਜੀ ਭਈਆ ਮੈਂ ਵੀ 2 ਮਿੰਟ ਦੇ ਲੂ ਪਹਿਲੇ, ਫਿਰ ਮੈਂ ਇਹਨੇ ਜਾਣਾ। ਹਾਂ ਜੀ ਵਾਹ, ਸਰਲਾ ਮਾਸੀ ਦੇਖੋ ਭਾਵੁਕ ਹੋ ਗਏ, ਤੁਸੀਂ ਇੰਨੇ ਪ੍ਰੇਮ ਦੇ ਨਾਲ ਇੱਕ ਕਮਾਲ ਕਰ ਦਿੱਤੀ, ਅੱਜ ਖੁਸ਼ ਕਰਤਾ ਮਨ ਨੂੰ, ਮਨ ਨੂੰ ਤਸੱਲੀ ਹੋ ਗਈ ਇੰਨੇ ਪ੍ਰੇਮ ਨਾਲ, ਤੁਹਾਡਾ ਪ੍ਰੇਮ ਵੇਖ ਕੇ ਸਾਨੂੰ ਬੜਾ ਮਨ ਨੂੰ ਤਸੱਲੀ ਹੋਈ। ਹਾਂ ਜੀ ਬਾਪੂ ਦੀ ਕਿਰਪਾ ਹੈ, ਬਾਪੂ ਦੀ ਕਿਰਪਾ ਹੈ। ਸਰਲਾ ਮਾਸੀ ਨੇ ਕੀ ਕਿਹਾ, ਸੁਣਾਈ ਨਹੀਂ ਦਿੱਤਾ। ਸਰਲਾ ਮਾਸੀ ਆਸ਼ੀਰਵਾਦ ਦੇ ਰਹੇ ਸਨ। ਹਾਂ ਉਹੀ ਰੋਮ ਰੋਮ ਖੁਸ਼ ਹੋ ਗਏ, ਰੋਮ ਰੋਮ ਆਨੰਦ ਨਾਲ ਭਰ ਗਏ। ਵਾਹ ਜੀ, ਇਸ ਤਰ੍ਹਾਂ ਹੀ ਬਾਪੂ ਤੁਹਾਡਾ ਪਿਆਰ ਮੁਹਾਂ ਮਿਲਦਾ ਰਹੇ। ਬਾਪੂ ਦਾ, ਬਾਪੂ ਮਾਨ ਬਖਸ਼ਦਾ ਸੇਵਕਾਂ ਨੂੰ ਦੇਖੋ, ਖੁਦ ਲਿਖਵਾਇਆ ਬਾਪੂ ਜੀ ਬਹੁਤ ਨੇ। ਸੁੰਦਰ, ਬਹੁਤ ਸੁੰਦਰ। ਹਾਂ ਜੀ ਬਹੁਤ ਨਾਗਪਾਲ ਜੀ, ਜਾਂ ਕੋਈ ਹੋਰ ਕੁਝ ਇਹਦੇ ਉੱਤੇ ਇਸ ਭਜਨ ਬਾਰੇ ਕੁਝ ਕੋਈ ਕਹਿਣਾ ਚਾਹੁੰਦਾ, ਆਪਦੀ ਇਨਪੁਟ ਜਾਂ ਤੁਸੀਂ ਜੋ ਟਿੱਪਣੀ ਕਰਤੀ ਦੇ। ਸਰਲਾ ਮਾਸੀ ਨੇ ਕਹਿਤਾ, ਇਸ ਤੋਂ ਬਾਅਦ ਕੀ ਕਰ ਸਕਦੇ ਹਾਂ, ਤਾਰੀਫ ਸ਼ਬਦ ਹੈ ਨਹੀਂ ਤਾਰੀਫ ਕਰਨ ਵਾਹ ਦੀ। ਵਾਹ, ਜੈ ਹੋ, ਬਹੁਤ ਸੁੰਦਰ। ਸਹੀ ਬਾਤ ਹੈ, ਤੁਹਾਡੇ ਪਾਸ ਤਾਂ ਸ਼ਬਦ ਹੀ ਨਹੀਂ ਹੈ, ਬੁੱਧ ਤਸੱਲੀਆਂ ਪ੍ਰਸਾਦ, ਦੀ ਇੱਕ ਮੈਂ ਇਸ ਰਚਨਾ ਇੱਕ ਸੰਬੰਧੀ ਗੱਲ ਮਿੰਟ ਕਹਿ ਇੱਕ ਮਿੰਟ ਰੋਜ਼ੀ ਰੋਜ਼ੀ ਕੁਝ ਕਹਿਣਾ ਚਾਹ, ਰੋਜ਼ੀ ਕਿਆ ਜੀ। ਭਈਆ ਕਿ ਹਿਰਦੇ ਮੇ ਇਤਨਾ ਪ੍ਰੇਮ ਭਰਾ ਹੁਆ ਹੈ, ਤਭੀ ਤੋ ਇਤਨੇ ਸ਼ਬਦ ਨਿਕਲਤੇ ਹੈਂ ਔਰ ਬਨਤੇ ਹਾਂ ਹੈਂ, ਵਰਨਾ ਤੋ ਏਕ ਸ਼ਬਦ ਵੀ ਨਹੀਂ ਲਿਖ ਪਾਤੇ, ਬੋਲ ਪਾਤੇ, ਬਿਲਕੁਲ ਤੋ ਬਿਲਕੁਲ ਬੱਚੋ ਬਿਲਕੁਲ, ਕੁਛ ਕਹਿ ਨਹੀਂ ਕੋਈ ਸ਼ੱਕ ਸਕਤੇ, ਨਹੀਂ ਹੈ, ਕਮਾਲ ਹੈ। ਬਹੁਤ ਬੜੀਆ, ਖੁਸ਼ ਕਰ ਦਿਆ ਆਪਨੇ। ਆਨੰਦ ਹਾਂ ਜੀ ਆਨੰਦ ਆ ਗਿਆ। ਹਾਂ ਹਾਂ ਜੀ, ਬੁੱਧ ਪ੍ਰਕਾਸ਼ ਹਰਭਜਨ ਜੀ ਸਿੰਘ ਹੈ ਜੀ ਕੁਝ ਜਦੋਂ, ਕਹਿਣਾ ਚਾਹੁੰਦੇ ਹਾਂ ਹਰਭਜਨ ਮੈਂ ਸਿੰਘ ਕੁਝ ਜੀ? ਕਹਿਣਾ ਚਾਹ ਰਿਹਾ ਸੀ ਹਾਂ ਜੀ, ਤੇ ਮੈਂ ਸਮਝਿਆ ਨਹੀਂ ਜੀ, ਮੈਂ ਕਹਿਣਾ ਚਾਹ ਰਿਹਾ ਸੀ, ਮੈਂ ਦਿੱਲੀ ਏਅਰਪੋਰਟ ਤੇ ਹੈਗਾ ਸੀ, ਮੈਂ ਸਰਵਿਸ ਤੇ ਹੈਗਾ ਸੀ, ਅੱਛਾ ਤੇ ਬਾਪੂ ਜੀ ਮਹਾਰਾਜ ਬੰਬੇ ਗਏ ਪਏ ਸੀ, ਬੰਬੇ, ਤੇ ਉਹਨਾਂ ਨੇ ਆਪਣਾ ਨਾਮ ਏਅਰਪੋਰਟ ਤੇ ਗਲਤ ਆਉਣਾ ਸੀ, ਹੋਏਗਾ, ਫਿਰ ਤਾਂ ਨਾਮ ਤੋਂ ਪਹਿਲੇ ਅਗਲੀ ਦਾ ਕੌਣ ਮੈਂ ਬੋਲ ਪਰਵੀਨ ਜੀ, ਜਰਾ ਮਿਊਟ ਕਰ ਲਓ। ਮੈਂ ਪ੍ਰਵੀਨ ਜੀ ਨੂੰ ਰਿਹਾ। ਹਾਂਜੀ ਮਿਊਟ ਕਰ ਲਓ ਮਿਊਟ ਰਹਿਣ ਜੀ। ਦਿਓ ਤੁਹਾਡਾ। ਹਾਂ ਜੀ ਹਾਂ ਜੀ ਤੇ ਉਹ ਮਹਾਰਾਜ ਜੀ ਨੇ ਬੰਬੇ ਆਉਣਾ ਸੀ, ਤੇ ਮੇਰਾ ਔਨ ਡਿਊਟੀ ਹੈਗਾ ਸੀ, ਤੇ ਆਪਣਾ ਖਰਬੰਦਾ ਜੀ ਜਿਹੜੇ ਹੈਗੇ ਨੇ ਆਪਣਾ ਰਜੌਰੀ ਗਾਰਡਨ ਜੀ ਵਾਲੇ, ਉਸੇ ਹਾਂ ਸੈਕਟਰੀ ਹੁੰਦੇ ਗਏ ਸੀ, ਉਹਨਾਂ ਨਾਂ ਭੁੱਲ ਗਿਆ ਮੈਂ, ਨਾਗਪਾਲ ਜੇ ਸੁਰਿੰਦਰ ਨਾਗਪਾਲ ਜੀ ਦੇ ਨਾਲ ਹੁੰਦੇ ਸੀ, ਮੁਕੰਦ ਲਾਲ, ਨਹੀਂ ਮੁਕੰਦ ਲਾਲ ਨਹੀਂ, ਨਹੀਂ ਉਸ ਟੱਕਾ ਸਾਹਿਬ ਦੀ ਗੱਲ ਕਰ ਰਹੇ, ਟੱਕਾ ਸਾਹਿਬ ਦੀ ਗੱਲ ਕਰ ਰਹੇ ਹਾਂ। ਨਿਰਮਲ ਨਿਰਮਲ ਸਿੰਘ ਸੀ, ਨਿਰਮਲ ਸਿੰਘ ਜਾਨ ਸੀ।
ਨਹੀਂ ਉਹ ਚਲੋ ਤੋ ਸਾਰੀ ਢੱਕਾ ਦੀ ਟੀਮ ਆਈ ਸੀ ਤੇ ਉੱਥੇ ਕਾਫੀ ਲੋਕ ਆਏ ਸੀ ਹਾਂ ਤੇ ਬਾਹਰ ਅਸੀਂ ਫਿਰ ਮਹਾਰਾਜ ਜੀ ਨੂੰ ਏਅਰਪੋਰਟ ਤੋਂ ਲਿੱਤਾ ਫਿਰ ਬਾਹਰ ਛੱਡਣ ਆਏ ਤੇ ਉੱਥੋਂ ਦੀ ਉਹ ਖਰਬੰਦਾ ਜੀ ਦਾ ਪਰਿਵਾਰ ਵੀ ਉਹਨਾਂ ਦੇ ਘਰ ਜਾਣਾ ਸੀ ਮਹਾਰਾਜ ਜੀ ਨੇ ਤੇ ਮਹਾਰਾਜ ਜੀ ਉਹਨੂੰ ਕਹਿਣ ਲੱਗੇ ਖਰਬੰਦਾ ਨੂੰ ਬਈ ਇਹ ਸੇਵਕ ਨੂੰ ਹੀ ਕਹਿਣਾ ਮੈਂ ਬਈ ਮੇਰੇ ਨਾਲ ਚਲੋ ਮਹਾਰਾਜ ਜੀ ਚੱਲੇ ਗਏ ਨੇ ਤੇ ਮੈਂ ਘਰ ਚੱਲਾ ਗਿਆ ਸੀ ਤੇ ਮਹਾਰਾਜ ਜੀ ਨੇ ਮੈਨੂੰ ਉੱਥੇ ਲੈ ਗਏ ਕਹਿੰਦਾ ਵੀ ਇਹਨੂੰ ਨਾਲ ਲੈ ਕੇ ਚਲੋ ਇਹ ਭਜਨ ਮੈਂ ਪਹਿਲੀ ਵਾਰ ਉੱਥੇ ਸੁਣਾਇਆ ਸੀ ਮਹਾਰਾਜ ਜੀ ਨੂੰ ਇਹ ਵਾਲਾ ਉਹ ਖਰਬੰਦਾ ਜੀ ਦੇ ਘਰ ਇੰਨਾ ਅੱਛਾ ਪਿਆਰ ਮੇਰੇ ਬਾਪੂ ਨੇ ਮੈਨੂੰ ਦਿੱਤਾ ਮਤਲਬ ਵਾਹ ਮੈਂ ਤੁਹਾਨੂੰ ਕਹਿ ਨਹੀਂ ਸਕਦਾ ਉਹਦੇ ਅਲਫਾਜ਼ ਜਿਹੜੇ ਨੇ ਨਾ ਮੈਂ ਇਹ ਕਿਆ ਰਚਨਾ ਤੇ ਉਹ ਜਿਸ ਤਰ੍ਹਾਂ ਆਪ ਜੀ ਨੇ ਆਸ਼ੀਰਵਾਦ ਦਿੱਤਾ ਸਾਰੀ ਸਾਧ ਸੰਗਤ ਜੀ ਨੇ ਬਾਪੂ ਦੀ ਵੀ ਯਾਰ ਅੱਖਾਂ 'ਚ ਪਾਣੀ ਆ ਗਿਆ ਮੈਂ ਕਿਹਾ ਮਾਰੀ ਆਪ ਜੀ ਲਿਖਵਾ ਰਹੇ ਹੋ ਸਾਰੇ ਕੇ ਸਾਰੇ ਤੇ ਇਹ ਰਚਨਾ ਦਾ ਇੱਕ ਪਿਛੋਕੜ ਹੈ ਵੀ ਮੈਂ ਤੁਹਾਨੂੰ ਦੱਸ ਰਿਹਾ ਜਨਾਬ ਬਹੁਤ ਸੁੰਦਰ, ਬਹੁਤ ਸੁੰਦਰ। ਚਲੋ ਗਾਡ ਬਲੈਸ ਯੂ। ਇਸੇ ਤਰ੍ਹਾਂ ਮਾਰਾ ਉੱਪਰ ਬੈਠੇ ਹੀ ਤੁਹਾਨੂੰ ਆਸ਼ੀਰਵਾਦ ਮਿਲਦਾ ਜੀ ਰਹੇ, ਜੀ ਜੀ ਉਹਨਾਂ ਜੀ ਜੀ ਉਹਨਾਂ ਦਾ ਆਸ਼ੀਰਵਾਦ ਤੁਹਾਡੇ ਬਣਿਆ ਰਹੇ ਤੇ ਹੋਰ ਸੁੰਦਰ ਸੁੰਦਰ ਭਜਨ ਸੁਣਾਈ ਰੱਖੋ, ਸੰਗਤ ਨੂੰ ਰਿਹਾਈ ਰੱਖੋ, ਜੀ ਜੀ ਇੱਥੇ ਜੀ ਗੀਤ ਬਾਪੂ ਦੇ ਗੀਤ ਗਾਈ ਰੱਖੋ। ਜੈ ਜੈਕਾਰ। ਹਾਂ